ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਪਾਰਟੀ ਦੇ ਜਲੰਧਰ ਦੇ ਕਾਰਜਕਰਤਾਵਾਂ ਦੀ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਜਥੇਬੰਦਕ ਢਾਂਚੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਲੈ ਕੇ ਕੀਤੇ ਜਾਣ ਵਾਲੇ ਪ੍ਰੋਗਰਾਮ, ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਅਤੇ ਸੂਬੇ ਦੇ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੌਕੇ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਬਣਾਉਣ ਦੇ ਲਈ 5 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਅਤੇ ਇਸ ਕਮੇਟੀ ਨੇ ਮੀਟਿੰਗ ਦੇ ਦੌਰਾਨ ਇਹ ਨਿਰਣਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ ਤੇ ਨਹੀਂ ਮਨਾਇਆ ਜਾਵੇਗਾ ਅਤੇ ਉਹਨਾਂ ਦੀ 5 ਮੈਂਬਰਾਂ ਦੀ ਕਮੇਟੀ ਇਹ ਰੂਪਰੇਖਾ ਤਿਆਰ ਕਰੇਗੀ ਕਿ ਕਿਵੇਂ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਵੇਗਾ। ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਸਾਹਿਬ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਆ, ਉਹਦੇ ਵਿੱਚ ਬੜੇ ਅਹਿਮ ਇਸ਼ੂ ਜੋ ਖਾਲਸਾ ਪੰਥ ਨਾਲ ਸੰਬੰਧਿਤ ਨੇ, ਪੰਜਾਬ ਨਾਲ ਸੰਬੰਧਿਤ ਨੇ, ਉਹ ਆਪਣੇ ਵਿਚਾਰੇ ਗਏ ਆ। ਪਹਿਲੀ ਗੱਲ ਜੋ ਇਹਨਾਂ ਨੇ ਬਹੁਤ ਵੱਡਾ ਇੱਕ ਫੈਸਲਾ ਕੀਤਾ ਕਿ ਪੋਲਟੀ ਆਰਗੇਨਾਈਜੇਸ਼ਨ ਦਾ ਸਾਰਾ ਢਾਂਚਾ ਬਣਾਉਣ ਵਾਸਤੇ ਇੱਕ 5 ਮੈਂਬਰੀ ਕਮੇਟੀ ਜਿਹੜੀ ਆ ਉਹ ਇਹਨਾਂ ਨੇ ਬਣਾਈ ਆ, ਜਿਹਦੇ ਵਿੱਚ ਮੈਂ ਸਰਦਾਰ ਵੀਰ ਦਵਿੰਦਰ ਸਿੰਘ ਹੋਣੀ, ਡਾਕਟਰ ਰਤਨ ਸਿੰਘ ਜੀ, ਸਰਦਾਰ ਉਜਾਗਰ ਸਿੰਘ ਜੀ ਆਪਣੇ ਵਡਾਲੀ ਅਤੇ ਬੱਬੀ ਬਾਦਲ ਜੀ, ਇਹ 5 ਮੈਂਬਰਾਂ ਦੀ ਕਮੇਟੀ ਬਣਾਈ ਆ ਜਿਹੜੀ ਇਹ ਫੈਸਲਾ ਕਰੇਗੀ ਕਿ ਪਾਰਟੀ ਆਰਗੇਨਾਈਜੇਸ਼ਨ ਦਾ ਜਿਹੜਾ ਸਾਰਾ ਢਾਂਚਾ ਵਾ ਪਿੰਡ ਤੋਂ ਲੈ ਕੇ ਪ੍ਰਧਾਨ ਤੱਕ ਦਾ ਉਹ ਕਿਵੇਂ ਤਿਆਰ ਕਰਨਾ। ਬੜਾ ਸਮਾਂਬੰਦ ਕਰਕੇ ਉਹਨੂੰ ਇਹਨਾਂ ਦੀਆਂ ਹਦਾਇਤਾਂ ਨੇ ਕਿ ਇਹ ਕਰੀਬ 3 ਮਹੀਨੇ ਦੇ ਵਿੱਚ ਪਿੰਡ ਪੱਧਰ ਤੱਕ ਕਮੇਟੀਆਂ ਜਿਹੜੀਆਂ ਇਹਦੀਆਂ ਬਣਾਈਆਂ ਜਾਣ। ਅਸੀਂ ਨਿਰਾ ਪੰਜਾਬ ਵਿੱਚ ਹੀ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਰੀਜਨਲ ਪਾਰਟੀਆਂ ਨੇ ਜਾਂ ਮਨੋਰਟੀਜ਼ ਨੇ ਜਿਨ੍ਹਾਂ ਨੂੰ ਇਹਨਾਂ ਨੇ ਪਹਿਲਾਂ ਅਨੰਦਪੁਰ ਦੇ ਮਤੇ ਨੂੰ ਹਊਆ ਬਣਾਇਆ ਸੀ ਕਿ ਇਹ ਵੱਖਰੇ ਦੇਸ਼ ਦੀ ਗੱਲ ਕਰਦੇ ਆ, ਲੇਕਿਨ ਉਹਦੇ 'ਚ ਵੱਖਰੇ ਦੇਸ਼ ਦੀ ਕੋਈ ਗੱਲ ਨਹੀਂ। ਬਿਊਰੋ ਰਿਪੋਰਟ, ਦ ਟੀਵੀ, NRI।